ਇੱਕ ਯੂਨੀਵਰਸਿਟੀ ਦੇ ਵਿੱਚ ਲੜਕੀ ਦੇ ਸਿਰ 'ਚ ਲੋਹੇ ਦੀ ਪਲੇਟ ਵੱਜਣ ਦੇ ਨਾਲ ਉਸਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਜਿੱਥੇ ਇਹ ਕੰਮ ਚੱਲ ਰਿਹਾ ਸੀ ਕੰਸਟਰਕਸ਼ਨ ਦਾ, ਉੱਥੇ ਕੋਈ ਵੀ ਰੋਕ ਨਹੀਂ ਸੀ ਲਗਾਈ ਗਈ, ਜਿਸਦੇ ਕਾਰਨ ਕਿਹਾ ਜਾ ਰਿਹਾ ਕਿ ਲੋਕ ਜਦੋਂ ਉੱਥੋਂ ਲੰਘ ਰਹੇ ਸੀ, ਯੂਨੀਵਰਸਿਟੀ ਦਾ ਸਟਾਫ ਉੱਥੋਂ ਲੰਘ ਰਿਹਾ ਸੀ, ਤਾਂ ਅਚਾਨਕ ਹੀ ਉੱਪਰੋਂ ਲੋਹੇ ਦੀ ਪਲੇਟ ਗਿਰਦੀ ਹੈ ਭਾਰੀ, ਤੇ ਸਿੱਧਾ ਆ ਕੇ ਇੱਕ ਲੜਕੀ ਜੋ ਕਿ ਯੂਨੀਵਰਸਿਟੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਲਾਇਬ੍ਰੇਰੀਅਨ ਵਜੋਂ ਕੰਮ ਕਰਦੀ ਸੀ, ਉਸਦੇ ਸਿਰ ਦੇ ਵਿੱਚ ਲੱਗਦੀ ਹੈ ਅਤੇ ਉਸਦੀ ਉਸੇ ਟਾਈਮ ਮੌਤ ਹੋ ਜਾਂਦੀ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਯੂਨੀਵਰਸਿਟੀ ਦੇ ਉੱਪਰ ਵੀ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਜੋ ਅਧਿਕਾਰੀ ਨੇ ਪੈਸੇ ਦੀ ਧੌਂਸ ਦਿਖਾ ਕੇ ਇਸ ਮਾਮਲੇ ਨੂੰ ਦੱਬਣ ਦੇ ਵਿੱਚ ਲੱਗੇ ਹੋਏ ਨੇ, ਜਦਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਸਾਫ ਨਲਾਇਕੀ ਸਾਹਮਣੇ ਆਈ ਹੈ, ਕਿਉਂਕਿ ਜਿੱਥੇ ਕੰਸਟਰਕਸ਼ਨ ਚੱਲ ਰਹੀ ਸੀ ਉੱਥੇ ਨਾ ਤਾਂ ਕੋਈ ਰੋਕ ਟੋਕ ਲਗਾਈ ਹੋਈ ਸੀ ਅਤੇ ਨਾ ਹੀ ਕਿਸੇ ਨੂੰ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਸੀ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਲੜਕੀ ਜਦੋਂ ਉੱਥੋਂ ਨਿਕਲੀ ਤਾਂ ਉਸਦੇ ਸਿਰ ਦੇ ਵਿੱਚ ਆ ਕੇ ਸਿੱਧਾ ਹੀ ਲੋਹੇ ਦੀ ਪਲੇਟ ਜੋ ਹੈ ਲੱਗਦੀ ਹੈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਨੂੰ ਹਸਪਤਾਲ ਦੇ ਵਿੱਚ ਵੀ ਨਹੀਂ ਲੈ ਕੇ ਗਏ, ਸਗੋਂ ਇੱਕ ਉਹਨਾਂ ਦੀ ਯੂਨੀਵਰਸਿਟੀ ਦੇ ਵਿੱਚ ਹੀ ਜਿੱਥੇ ਬੱਚੇ ਰਿਸਰਚ ਕਰਦੇ ਨੇ ਉਸੇ ਹਸਪਤਾਲ ਦੇ ਵਿੱਚ ਰੱਖਿਆ ਗਿਆ ਅਤੇ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਉਸਦੀ ਜਾਨ ਚਲੀ ਗਈ ਹੈ। ਤਾਂ ਮਾਮਲਾ ਦੱਸ ਦਈਏ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਕਿ ਰਿਮਟ ਯੂਨੀਵਰਸਿਟੀ ਦੇ ਵਿੱਚ ਜਿੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉੱਥੇ ਅਚਾਨਕ ਹੀ ਇੱਕ ਲੜਕੀ ਜੋ ਕਿ ਲਾਇਬ੍ਰੇਰੀਅਨ ਵਜੋਂ ਕੰਮ ਕਰਦੀ ਸੀ, ਅਮਨਦੀਪ ਕੌਰ ਵਜੋਂ ਉਸਦੀ ਪਹਿਚਾਣ ਹੋਈ ਹੈ ਅਤੇ ਉਸਦੇ ਸਿਰ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਲੰਘ ਰਹੀ ਸੀ ਤਾਂ ਲੋਹੇ ਦੀ ਪਲੇਟ ਵੱਜਦੀ ਹੈ, ਜਿਸ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਅਮਨਦੀਪ ਕੌਰ ਦੇ ਪਿਤਾ ਵੀ ਦੇਸ਼ ਦੇ ਲਈ ਸ਼ਹੀਦ ਹੋਏ ਨੇ ਅਤੇ ਹੁਣ ਇਸ ਲੜਕੀ ਦੀ ਵੀ ਜਾਨ ਚਲੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਯੂਨੀਵਰਸਿਟੀ ਦੇ ਉੱਤੇ ਹੀ ਸਿੱਧੇ ਇਲਜ਼ਾਮ ਲਗਾਏ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਉਹਨਾਂ ਦੀ ਲੜਕੀ ਨੂੰ PGI ਦੇ ਲਈ ਰੈਫਰ ਕੀਤਾ ਗਿਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਐਂਬੂਲੈਂਸ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਸਿਰਫ ਔਰ ਸਿਰਫ ਯੂਨੀਵਰਸਿਟੀ ਦਾ ਸਟਾਫ ਹੀ ਐਂਬੂਲੈਂਸ ਦੇ ਵਿੱਚ ਜਾ ਸਕੇਗਾ ਅਤੇ ਇਸ ਨੂੰ ਵੀ ਲੈ ਕੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਕਿ ਪੈਸੇ ਦੀ ਧੌਂਸ ਦਿਖਾ ਕੇ ਮਾਮਲੇ ਨੂੰ ਦੱਬਣ ਦੇ ਵਿੱਚ ਲੱਗੇ ਹੋਏ ਨੇ। ਮੇਰੀ ਭੈਣ ਲੱਗਦੀ ਸੀਗੀ ਜਿਨ੍ਹਾਂ ਦੀ ਡੈਥ ਹੋਈ ਆ, ਕੀ ਨਾਮ ਸੀ? ਤੇ ਅਮਨਦੀਪ, ਅਮਨਦੀਪ ਸੀਗਾ ਨਾਮ ਜੀ ਉਹਦਾ। ਤੇ ਮੈਨੂੰ ਭੈਣ ਦੀ ਕਾਲ ਗਈ, ਕਹਿੰਦੀ ਮੈਨੂੰ ਰਿਮਟ ਦੇ ਵਿੱਚੋਂ ਕਾਲ ਆਈ ਸੀਗੀ ਵੀ ਅਮਨ ਦੇ ਸੱਟ ਲੱਗੀ ਪੈਰ 'ਤੇ ਥੋੜ੍ਹੀ ਜਿਹੀ, ਅਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ, ਠੀਕ ਹੈ ਜੀ, ਮੈਂ ਜਦੇ ਗੱਡੀ ਲੈ ਕੇ ਇੱਥੇ ਪਹੁੰਚਿਆ, ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ, ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ, ਅਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਾ ਜੀ, ਕਹਿੰਦੇ ਇੱਕ ਮਿੰਟ ਖੜ੍ਹ ਜਾਓ ਬਸ ਬਾਹਰ ਕੋਈ ਨਾ ਮਿਲਾਉਂਦੇ ਹਾਂ। ਅਤੇ ਫਿਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ, ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਜੀ, ਅਤੇ ਸਾਨੂੰ ਕਹਿੰਦੇ ਵੀ ਥੋੜ੍ਹੀ ਤੋਂ ਬਹੁਤੀ ਉਹ ਸੱਟ ਲੱਗੀ ਹੋਈ ਆ। ਅਤੇ ਉਹ ਤੋਂ ਬਾਅਦ ਤੁਸੀਂ ਇਹ ਲਾ ਲਓ ਵੀ 3 ਘੰਟੇ ਜੀ ਇਹ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ, ਇਹਨਾਂ ਦਾ ਰਿਸਰਚ ਕੇਂਦਰ ਆ ਉਹ, ਠੀਕ ਆ ਜੀ, ਕੋਈ ਬੜਾ ਹੋਸਪਿਟਲ ਨਹੀਂ ਗਾ ਅੰਦਰ। ਅਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਆ ਜੀ, ਦੇਖੋ ਨਲਾਇਕੀ ਕਿੱਡੀ ਬੜੀ ਆ, ਤੁਸੀਂ ਇਹ ਦੇਖੋ ਵੀ ਕਿੱਡਾ ਬੜਾ ਹਾਦਸਾ ਹੋ ਚੁੱਕਿਆ। ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਸਟ ਏਡ ਦਿੰਦੇ, ਫਸਟ ਏਡ ਨੂੰ 3 ਘੰਟੇ ਥੋੜ੍ਹੋ ਲੱਗਦੇ ਹੁੰਦੇ ਨੇ, ਫਟਾਫਟ ਤੁਸੀਂ ਅੱਗੇ ਰੈਫਰ ਕਰੋ ਸਰਹੰਦ ਹੋਸਪਿਟਲ ਦੇ ਵਿੱਚ ਲੈ ਆਉਂਦੇ ਬੜੇ 'ਚ ਕਿਸੇ 'ਚ, ਠੀਕ ਹੈ ਜੀ। ਫਿਰ ਐਂਡ ਦੇ ਜੀ 3 ਘੰਟਿਆਂ ਬਾਅਦ ਕਹਿੰਦੇ ਜੀ PGI ਰੈਫਰ ਕਰਦਾ ਤੁਹਾਨੂੰ। ਅਤੇ ਜਦੋਂ ਫਿਰ ਐਂਬੂਲੈਂਸ ਆ ਗਈ ਜੀ, ਐਂਬੂਲੈਂਸ ਦੇ ਵਿੱਚ ਅਸੀਂ ਕਿਹਾ ਵੀ ਚੱਲ ਆਪਣਾ ਬੰਦਾ ਬਿਠਾ ਦਈਏ ਇੱਕ, ਕਿਉਂਕਿ ਦਿਲ ਨਹੀਂ ਖੜਦਾ ਹੁੰਦਾ ਜੀ। ਐਂਬੂਲੈਂਸ ਦੇ ਵਿੱਚ ਅਸੀਂ ਆਪਦਾ ਇੱਕ ਬੰਦਾ ਬਿਠਾਉਂਦੇ ਸੀਗੇ ਘਰ ਦਾ ਮੈਂਬਰ ਜੀ, ਉਹਨਾਂ ਨੇ ਬੈਠਣ ਨਹੀਂ ਦਿੱਤਾ ਜੀ, ਕਹਿੰਦੇ ਵੀ ਆਪਦੇ ਬੰਦੇ ਵੀ ਇਹ ਹੋਸਪਿਟਲ ਵਾਲੇ ਜਾਣਗੇ ਜਿਹੜੇ ਇੱਥੇ ਆਪਣੇ ਰਿਮਟ ਦੇ ਵਿੱਚ ਸੀਗੇ। ਅਤੇ ਫਿਰ ਅਸੀਂ ਪਿੱਛੇ ਐਂਬੂਲੈਂਸ ਦੇ ਗੱਡੀ ਲਾ ਕੇ ਰੱਖੀ, ਉਨੀ ਦੇਰ ਅਸੀਂ ਰਸਤੇ 'ਚ ਕਾਲ ਕਰਦੇ ਰਹੇ ਉਹਨਾਂ ਨੂੰ ਵੀ ਕਿਵੇਂ ਆ ਕੁੜੀ, ਠੀਕ ਹੈ ਜੀ, ਸਾਨੂੰ ਕਹਿੰਦੇ ਰਹੇ ਜੀ ਠੀਕ ਆ ਠੀਕ ਆ। ਜਦ ਅਸੀਂ ਜਾਣੀ PGI ਪਹੁੰਚ ਗਏ ਗੇਟਾਂ ਦੇ ਉੱਪਰ, ਮੂਹਰੇ ਆ ਗਏ ਡਾਕਟਰ, ਉਹਨਾਂ ਨੇ ਜਦ ਦੇਖਿਆ ਉਹ ਕਹਿੰਦੇ ਜੀ ਉਹਦਾ ਡੈਥ ਆ।
ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਤਾ ਜੀ, ਇਹ ਤਾਂ ਕਹਿੰਦੇ ਡੈਥ ਹੋਈ ਪਈ ਆ ਪਹਿਲਾਂ। ਤੇ ਰੋਕਿਆ ਤੁਹਾਨੂੰ ਮਿਲਣ ਤੋਂ, ਕਿਸਨੇ ਰੋਕਿਆ ਸੀਗਾ? ਇਹ ਜਿਹੜੇ ਰਿਮਟ ਦੇ ਅਧਿਕਾਰੀ ਸੀਗੇ ਜੀ ਉੱਥੇ ਅੰਦਰ, ਜਿਹੜੇ ਨਾ ਡਾਕਟਰ, ਅਸੀਂ ਤਾਂ ਜਾਣਦੇ ਨਹੀਂ ਜੀ ਉਹਨਾਂ ਨੂੰ ਕੌਣ ਨੇ ਕੌਣ ਨਹੀਂ। ਕਹਿਣ ਦਾ ਮਤਲਬ ਅਸੀਂ ਜਦ ਜਾਂਦੇ ਸੀਗੇ ਉਹਨਾਂ ਨੂੰ ਕਹਿ ਰਹੇ ਸੀ ਆਵਾਜ਼ਾਂ ਮਾਰ ਕੇ ਵੀ ਸਾਨੂੰ ਮਿਲਣ ਤਾਂ ਦੇ ਦਿਓ, ਹਾਲਤ ਤਾਂ ਦਿਖਾ ਦਿਓ ਕਿੱਦਾਂ ਦੀ ਆ। ਕੀ ਮੰਗ ਕਰ ਰਹੇ ਹੋ ਤੁਸੀਂ? ਕੰਮ ਕੀ ਕਰਦੀ ਸੀ ਕੁੜੀ ਤੁਹਾਡੀ ਉੱਥੇ? ਉੱਥੇ ਐਜ਼ ਏ ਲਾਇਬ੍ਰੇਰੀਅਨ ਸੀਗੇ। ਮੰਗ ਤਾਂ ਹੁਣ ਦੇਖੋ ਜੀ ਇਹ ਆ, ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਪੂਰਾ। ਜੇ ਦੇਖੋ ਲਾਪਰਵਾਹੀ ਕਿੱਡੀ ਆ, ਜਿੱਥੇ ਹਾਦਸਾ ਹੋਇਆ ਜੀ, ਤੁਸੀਂ ਉੱਥੇ ਕੋਈ ਉਹਨਾਂ ਨੇ ਕੁਛ ਵੀ ਬਲੌਕ ਨਹੀਂ ਸੀ ਕੀਤਾ ਹੋਇਆ, ਏਰੀਆ ਖੁੱਲ੍ਹਾ ਏਰੀਆ ਛੱਡਿਆ ਹੋਇਆ ਜੀ, ਸਾਰੇ ਉੱਥੇ ਐਂ ਫਿਰ ਰਹੇ ਨੇ। ਹਾਦਸਾ ਹੋਇਆ ਕਿੱਦਾਂ ਜੀ? ਹਾਦਸਾ ਜੀ JBC ਮਸ਼ੀਨ ਨੇ ਉੱਪਰ ਟਾਈਲਾਂ, ਉਹ ਪ੍ਰੋਫਾਈਲਾਂ ਦੀਆਂ ਪਲੇਟਾਂ ਚੱਕੀਆਂ ਹੋਈਆਂ ਸੀਗੀਆਂ, ਅਤੇ ਉਹਦੇ ਕੁੜੀ ਕਿਤੇ ਉੱਧਰ ਦੀ ਲੰਘਣ ਲੱਗੀ। ਉਹ ਜਦੇ ਲੋਕਾਂ ਨੇ ਸਾਨੂੰ ਦੱਸਿਆ ਜੋ ਉੱਥੇ ਵੀ ਕਿੱਦਾਂ ਹਾਦਸਾ ਹੋਇਆ ਜੀ, ਲੋਕ ਸਾਨੂੰ ਕਹਿੰਦੇ ਜੀ ਇੱਥੇ ਕਰੇਨ ਨੇ ਟਾਈਲਾਂ ਚੱਕੀਆਂ ਹੋਈਆਂ ਸੀ ਉੱਪਰ, ਕੁੜੀ ਤੁਹਾਡੀ ਉੱਥੇ ਦੀ ਲੰਘਣ ਲੱਗੀ ਸੀਗੀ ਅਤੇ ਟਾਈਲਾਂ ਉੱਪਰ ਗਿਰ ਗਈਆਂ ਸਾਰੀਆਂ ਇੱਕੋਦਮ, ਕੁੜੀ ਟਾਈਲਾਂ ਦੇ ਥੱਲੇ ਆ ਚੁੱਕੀ ਸੀਗੀ। ਅਤੇ 32 ਇੱਕ 1.5 ਸਾਲ ਹੋ ਗਿਆ ਤਕਰੀਬਨ ਜੀ। ਪਿੱਛੇ ਕੌਣ ਕੌਣ ਕੁੜੀ ਦੇ? ਪਿੱਛੇ ਜੀ ਬਸ 2 ਭੈਣਾਂ ਸੀਗੀਆਂ ਜੀ, ਇੱਕ ਮਦਰ ਵਿਧਵਾ, ਫਾਦਰ ਸ਼ਹੀਦ ਹੋ ਗਏ ਸੀਗੇ ਫੌਜ ਦੇ ਵਿੱਚ ਸੀਗੇ ਜੀ। ਬਸ ਇਹੀ ਮੰਗ ਆ ਸਾਡੀ ਤਾਂ ਹੁਣ ਜੀ ਵੀ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ। ਸਵੇਰ ਦੇ 9:30 ਵਜੇ ਦੇ ਆਏ ਹੋਏ ਆ, ਦੇਖ ਲਓ ਜੀ ਹੁਣ ਆ ਕੇ ਸੁਣਵਾਈ ਹੋਈ ਆ ਸਾਡੀ, ਹੁਣ ਆ ਕੇ ਸਾਰਾ ਪਰਚਾ ਲਿਖਿਆ ਗਿਆ ਜੀ, ਕੀ ਕਰਦੇ ਆ ਕੀ ਨਹੀਂ, ਸਾਨੂੰ ਹਲ ਤੱਕ ਕੁਛ ਨਹੀਂ ਪਤਾ ਲੱਗ ਰਿਹਾ। ਮਾਮਲਾ ਨਹੀਂ ਜੀ ਸਾਨੂੰ ਕੁਛ ਨਹੀਂ ਪਤਾ ਲੱਗਿਆ ਜੀ, ਅਸੀਂ ਤਾਂ ਆਪਦੇ ਬਿਆਨ ਦਿੱਤੇ ਨੇ, ਜੋ ਸੱਚਾਈ ਆ ਜੀ ਉਹੀ ਬਿਆਨ ਦਿੱਤੇ ਨੇ, ਠੀਕ ਹੈ ਜੀ। ਸਾਨੂੰ ਹੁਣ ਅੱਗੇ ਦੀ ਕਾਰਵਾਈ ਕੋਈ ਪਤਾ ਨਹੀਂ ਗਾ ਕੀ ਹੋ ਰਿਹਾ ਕੀ ਨਹੀਂ ਜੀ। ਸ੍ਰੀ ਕੌਂਸਲਰ ਆਮ ਆਦਮੀ ਪਾਰਟੀ ਖੰਨਾ, ਬੜੀ ਮੰਦਭਾਗੀ ਘਟਨਾ ਜਿਹੜੀ ਕੱਲ੍ਹ ਵਾਪਰੀ ਆ। ਅਮਨਦੀਪ ਕੌਰ ਮੇਰੀ ਬੂਆ ਦੀ ਬੇਟੀ ਆ, ਰਿਮਟ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਹ ਐਜ਼ ਏ ਲਾਇਬ੍ਰੇਰੀਅਨ ਸੀ, ਔਰ ਮੈਂ ਤਾਂ ਰਿਮਟ ਯੂਨੀਵਰਸਿਟੀ ਨਹੀਂ ਹੈ ਇਹ ਖੂਨੀ ਯੂਨੀਵਰਸਿਟੀ ਆ, ਜਿੱਥੇ ਦਾ ਪ੍ਰਬੰਧ ਇੰਨਾ ਮਾੜਾ। ਆਹ ਹਾਈਡਰਾ ਇਹ ਲੋਕਾਂ ਦੇ ਦੱਸਣ ਦੇ ਮੁਤਾਬਕ ਅਸੀਂ ਦੇਖਿਆ ਨਹੀਂ ਹੈ ਉੱਥੇ ਲੱਗੇ ਹੋਏ ਨੇ ਕੰਮ ਕਰਨ, ਜਦਕਿ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ, ਸਾਰੀ ਮਾਲਕ ਦੀ ਜ਼ਿੰਮੇਵਾਰੀ ਆ ਵੀ ਇਹਨੂੰ ਜਦੋਂ ਪ੍ਰੋਹਿਬਿਟਡ ਏਰੀਆ ਉੱਥੇ ਜਾਣ ਦੀ ਆਗਿਆ ਕਿਸੇ ਨੂੰ ਕਿਉਂ ਆ? ਕੋਈ ਵਾਰਨਿੰਗ ਨਹੀਂ ਲੱਗੀ ਹੋਈ, ਕੋਈ ਕੁਛ ਨਹੀਂ ਹੈ, ਮੰਨਣ ਨੂੰ ਤਿਆਰ ਨਹੀਂ, ਆਪਣੀ ਗਲਤੀ ਤੱਕ ਮੰਨਣ ਨੂੰ ਤਿਆਰ ਨਹੀਂ ਹੈ। ਸਟਾਫ ਹੈ ਅਤੇ ਜਿਵੇਂ ਕੋਈ ਭੇਡ ਬੱਕਰੀ ਹੁੰਦੀ ਆ, ਕੋਈ ਬੱਚੇ ਦੇ ਮਰੇ ਦਾ ਦੁੱਖ ਨਹੀਂ ਭੋਲਾ ਵੀ ਨਾ ਰਾਤ ਦਿਓ ਕਿਤੇ ਪੁੱਛਿਆ ਕਿਸੇ ਨੂੰ, ਨਾ ਹੁਣ ਕੋਈ ਇੱਥੇ ਇਹ ਗੱਲਾਂ। ਯੂਨੀਵਰਸਿਟੀ ਜਿਹੜੀ ਹੈ ਮਾਲਕ ਜਿਹੜੇ ਨੇ ਇਹ ਜ਼ਿਆਦਾਤਰ ਆਪਣੇ ਆਪ ਨੂੰ ਜ਼ਿਆਦਾ ਪੈਸੇ ਹੋਣ ਦੀ ਧੌਂਸ ਦੇ ਵਿੱਚ ਵੀ ਅਸੀਂ ਬਹੁਤ ਅਮੀਰ ਹਾਂ, ਸਾਡੇ 'ਤੇ ਕਾਰਵਾਈ ਨਹੀਂ ਹੋਣੀ, ਅਤੇ ਇਹ ਬਹੁਤ ਬੜੇ ਭੁਲੇਖੇ 'ਚ ਨੇ। ਅਸੀਂ ਸਾਡੇ ਨਾਲ ਸਾਰਾ ਸਮੁੱਚਾ ਜੋ ਪਰਿਵਾਰ ਦੇ ਰਿਸ਼ਤੇਦਾਰ ਸਾਡੇ ਆ ਜਥੇਬੰਦੀਆਂ ਨਾਲ ਖੜੀਆਂ ਨੇ, ਅਸੀਂ ਚਾਹੁੰਦੇ ਹਾਂ ਵੀ ਉਹਨਾਂ 'ਤੇ ਵੱਧ ਤੋਂ ਵੱਧ ਕਾਰਵਾਈ ਹੋਵੇ। ਜਿਹੜਾ ਇਹ ਹਾਈਡਰਾ ਖੜਾ, ਇਹਦੇ ਹਾਈਡਰਾ ਦੇ ਕੋਲ ਨਾ ਤਾਂ ਇਹਦੇ ਕੋਲ ਲਾਇਸੈਂਸ ਆ ਕੋਈ, ਨਾ ਠੇਕੇ ਦਾ ਲਾਇਸੈਂਸ ਆ ਕੋਈ। ਗੱਲ ਕੀਤੀ ਹੋਵੇ, ਤੁਸੀਂ ਵੀ ਆਮ ਆਦਮੀ ਪਾਰਟੀ ਦੇ ਬੜੇ ਨੇਤਾ ਹੋ, ਤੁਸੀਂ ਆਪਣੇ ਵੱਲੋਂ ਕੀ ਕਾਰਵਾਈ ਕਰਾ ਰਹੇ ਹੋ ਸਰਕਾਰ? ਅਸੀਂ ਸਾਡੇ ਦਬਾਅ ਪਾਉਣ ਵਾਲੇ ਆ, ਕਾਰਵਾਈ ਹੋਈ ਆ, ਮੈਂ ਸਵੇਰੇ ਚੰਡੀਗੜ੍ਹ ਸੀ, ਮੈਂ ਲੇਟ ਹੋ ਗਿਆ ਥੋੜ੍ਹਾ ਜਿਹਾ। ਸਰਕਾਰ ਦੇ ਦੁਆਰਾ ਵੀ ਕੋਈ ਕਾਰਵਾਈ ਕਰਾਉਂਗੇ? ਬਿਲਕੁਲ ਸਰਕਾਰ ਦੁਆਰਾ ਕਾਰਵਾਈ ਹੋਊਗੀ।